ਅਸੀਂ ਸ਼ਾਮ ਦੇ ਖਾਣੇ ਵਿੱਚ ਬਣਾਉਣ ਲੱਗੇ ਹਾਂ ਕੜੀ ਅਤੇ ਸ਼ੇਅਰ ਕਰਦੀ ਹਾਂ। ਅੱਗੇ ਅਸੀਂ ਪੋਤਰਾ ਬਣਾਉਂਦੇ ਹਾਂ, ਅੱਜ ਮੈਂ ਤੜਕਾ ਲਗਾ ਕੇ ਬਣਾਉਂਗੀ। ਦੇਖੋ ਲੱਸੀ ਤਾਂ ਨਹੀਂ ਸੀ ਅਤੇ ਭਾਅ ਜੀ ਲਿਆ ਕੇ ਦਿੱਤਾ ਮੈਨੂੰ ਦਹੀਂ, ਅਤੇ ਉਹਦੇ ਵਿੱਚ ਮੈਂ ਬੇਸਣ ਛਾਣ ਕੇ ਮਿਕਸ ਕਰ ਲਿਆ, ਗਰਮੀ ਹੈ ਨਾ ਅਤੇ ਇਸ ਕਰਕੇ ਫਿਰ ਮੈਂ ਪਹਿਲੇ ਛਾਣਿਆ, ਅੱਗੇ ਵੀ ਛਾਣ ਦਈਦਾ, ਹੁਣ ਸਗੋਂ ਦੋ ਦਫ਼ਾ ਛਾਣਿਆ ਮੈਂ ਕਿਹਾ ਕੋਈ ਗਰਮੀ 'ਚ ਸੁੰਡੀ ਵਗੈਰਾ ਲੱਗ ਜਾਂਦੀ ਆ, ਅਤੇ ਤਾਂ ਮਾਸ਼ਾਅੱਲਾ ਬਿਲਕੁਲ ਠੀਕ ਨਿਕਲਿਆ। ਫਿਲਹਾਲ ਤਾਂ ਕੋਈ ਸ਼ੈ ਨਹੀਂ, ਬਣਾ ਲਿਆ ਮੈਂ। ਇੱਧਰ ਮੈਂ ਹਰੀਆਂ ਮਿਰਚਾਂ ਲੈ ਕੇ ਆਏ ਸੀ ਅਤੇ ਆਹ ਮੈਂ ਚੋਪ ਕਰਨ ਦਈ ਹਾਂ। ਇੱਧਰ ਆਲੂ ਪਿਆਜ਼ ਅਤੇ ਬੰਦ ਗੋਭੀ ਜ਼ਰਾ ਕੇ, ਅਤੇ ਇਹ ਹੈਗੀ ਆ ਪਾਲਕ, ਇਹ ਮੈਂ ਕੱਟ ਕੇ ਫਰੀਜ਼ ਕੀਤੀ ਹੋਈ ਸੀ, ਇਹ ਵੀ ਨਿਕਾਲ ਕੇ ਧੋ ਕੇ ਰੱਖ ਦਿੱਤੀ ਆ। ਇਹ ਹੈਗਾ ਮੇਰਾ ਪਕੌੜਿਆਂ ਦਾ ਸਮਾਨ, ਅਤੇ ਅੰਦਰ ਮੈਂ ਕੜੀ ਬਣਾ ਰਹੀ ਹਾਂ, ਅਤੇ ਤੁੜਕਾ ਉੱਪਰ ਮੈਂ ਰੱਖ ਦਿੱਤਾ ਵਾ, ਗੈਸ ਉਹਨੇ ਆਇਆ ਵਾ। ਦੇਖੋ ਇਹਦੇ ਵਿੱਚ ਮੈਂ ਲਾਲ ਮਿਰਚ ਬਿਲਕੁਲ ਹਲਕੀ ਪਾਊਂਗੀ, ਅਤੇ ਜ਼ਿਆਦਾ ਮੈਂ ਹਰੀ ਮਿਰਚ ਪਾਈ ਆ, ਉਹ ਵੀ ਜੇ ਹਰੀ ਮਿਰਚ ਪੂਰੀ ਹੋਈ ਤੇਜ਼ ਮਿਰਚ ਹੋਈ ਤਾਂ ਫਿਰ ਮੈਂ ਲਾਲ ਨਹੀਂ ਪਾਊਂਗੀ, ਜੇ ਤੇਜ਼ ਨਾ ਹੋਈ ਤਾਂ ਫਿਰ ਮੈਂ ਥੋੜ੍ਹੀ ਲਾਲ ਪਾਊਂਗੀ। ਫਿਲਹਾਲ ਤਾਂ ਮੈਨੂੰ ਇਸ ਨਹੀਂ ਲੱਗਣ ਦਿਆ ਕਿ ਜਿੱਦਾਂ ਤੇਜ਼ ਨਹੀਂ ਹੋਈ, ਕਿਉਂ ਅਕਸਰ ਜਦੋਂ ਮਿਰਚਾਂ ਕੱਟੀਏ ਅਤੇ ਉਹਦੀ ਖੁਸ਼ਬੂ ਤੋਂ ਹੀ ਪਤਾ ਚੱਲ ਜਾਂਦਾ ਕਿ ਮਿਰਚਾਂ ਕੋਲ ਕੜਵੀਆਂ, ਅਤੇ ਲੱਗਣ ਨਹੀਂ ਦਈਆਂ। ਦੇਖੋ ਫਿਰ ਵੀ ਚੈੱਕ ਕਰ ਲਵਾਂਗੇ ਇੱਕ ਵਾਰੀ ਬਣਾਈ ਕਰਕੇ, ਮੈਂ ਚੈੱਕ ਕਰਕੇ ਅਤੇ ਫਿਰ ਪਾਵਾਂਗੇ। ਅੱਜ ਮੈਂ ਤੁਰਿਆ ਪਹਿਲੇ ਤੜਕਾ ਲਗਾ ਕੇ ਫਿਰ ਕੜੀ ਬਣਾਉਂਦੇ ਹਾਂ ਅੱਜ ਦੇ ਖਾਣੇ 'ਚ, ਸ਼ਾਮ ਦੇ ਖਾਣੇ 'ਚ ਕੜੀ ਬਣਾਵਾਂਗੇ। ਕੜੀ ਮੈਂ ਤਿਆਰ ਕਰ ਲਈ ਹਾਂ, ਜਿਹੜਾ ਤਿਆਰ ਕਰੂੰਗੀ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰੂੰਗੀ। ਤੜਕੇ ਦੇ ਬਣਦੇ ਤੱਕ ਮੈਂ ਕਿੰਨੇ ਕਿਹਾ ਮਿਰਚਾਂ ਜਿਹੜੀਆਂ ਪਕੌੜਿਆਂ 'ਚ ਪਾਉਣੀਆਂ ਉਹ ਚੋਪ ਕਰ ਲੈਂਦੀਆਂ, ਪਹਿਲੇ ਮੈਂ ਲੱਗੀ ਸੀ ਕੱਟਣ, ਫਿਰ ਕੱਟੀਆਂ ਹੋਈਆਂ ਜਦੋਂ ਬੱਚਿਆਂ ਦੇ ਮੂੰਹ 'ਚ ਆਉਂਦੀਆਂ ਅਤੇ ਬੱਚੇ ਨਿਕਾਲ ਕੇ ਛੱਡ ਦਿੰਦੇ, ਇਸ ਕਰਕੇ ਮੈਂ ਚੋਪ ਕਰਨ ਦਿੰਦੀ ਹਾਂ। ਐਂ ਚੋਪ ਕਰ ਲਵਾਂ ਕਰਕੇ ਅਤੇ ਫਿਰ ਪਕੌੜਿਆਂ ਦਾ ਸਮਾਨ ਤਿਆਰ ਕਰ। ਹਰੀ ਮਿਰਚ ਅੱਛੀ ਤਰ੍ਹਾਂ ਮੈਂ ਭੁੰਨ ਲਈ ਆ, ਇਹਦੀ ਬਣਾਈ ਹੋ ਗਈ ਆ, ਅਤੇ ਮਿਰਚ ਮੈਂ ਚੱਕ ਵੀ ਲਈ ਆ, ਬਿਲਕੁਲ ਮੱਠੀ ਆ, ਇਸ ਕਰਕੇ ਫਿਰ ਹਲਦੀ ਦਾ ਪਾਊਡਰ, ਖੁਸ਼ਕ ਧਨੀਆ, ਨਮਕ ਔਰ ਸਿਰਫ ਮਿਰਚ ਐਡ ਕਰ ਲਈ। ਅੱਛੀ ਤਰ੍ਹਾਂ ਬਣਾਈ ਕਰ ਲੈਂਦੀ ਹਾਂ, ਬਾਹਰ ਟੁਕੜਿਆਂ ਲਾਇਆ ਹੋਇਆ, ਉਹਦੀ ਆਵਾਜ਼ ਆ ਰਹੀ ਹੈ, ਇਸ ਕਰਕੇ ਮੈਂ ਬੰਦ ਕਰਦੀ ਹਾਂ। ਜਾਂ ਫਿਲਹਾਲ ਤਾਂ ਉਹ ਬੰਦ ਆਵਾਜ਼ ਬੰਦ ਕਰ ਦਿੱਤੀ ਹੈ, ਮੇਰਾ ਹਲ ਹਮੇਸ਼ਾ ਹੀ ਦੇ ਰਹੀ ਹੈ ਟੁਕੜੇ। ਦੇਖੋ ਜੀ ਮਾਸ਼ਾਅੱਲਾ ਅੱਛੀ ਤਰ੍ਹਾਂ ਬਣਾਈ ਹੋ ਗਈ, ਅਤੇ ਇਹਦੇ ਵਿੱਚ ਜਿਹੜੀ ਬੇਸਣ ਘੋਲਿਆ ਹੋਇਆ ਲੱਸੀ ਉਹ ਐਡ ਕਰ ਦਿੱਤੀ। ਦੇਖੋ ਜੀ ਮਾਸ਼ਾਅੱਲਾ ਇੱਕ ਹੱਥ ਸੀ ਦੇਸ ਕੀ ਜ਼ਿਆਦਾ ਸੀ, ਇਸ ਕਰਕੇ ਮੈਂ ਕੈਮਰਾ ਬੰਦ ਕਰਤਾ ਸੀ। ਪਕਾਉਂਦੇ ਹਾਂ ਅਤੇ ਨਾਲ ਨਾਲ ਮੈਂ ਪਕੌੜਿਆਂ ਦਾ ਸਮਾਨ ਤਿਆਰ ਕਰ ਲੈਂਦੀ ਹਾਂ। ਪਕੌੜਿਆਂ ਦਾ ਸਮਾਨ ਲਾਲ ਮਿਰਚ, ਹਰੀ ਮਿਰਚ ਬਿਲਕੁਲ ਕਿ ਹਲਕੀ, ਇਸ ਕਰਕੇ ਲਾਲ ਮਿਰਚ ਥੋੜ੍ਹੀ ਜਿਹੀ ਹਲਦੀ, ਕਿਉਂਕਿ ਮੈਂ ਕਦੀ ਪਕੌੜਿਆਂ 'ਚ ਹਲਦੀ ਨਹੀਂ ਪਾਈ, ਫਿਰ ਵੀ ਥੋੜ੍ਹੀ ਜਿਹੀ ਪਾ ਰਹੀ ਹਾਂ। ਅਤੇ ਸਾਬਤ ਧਨੀਆ ਅਤੇ ਨਮਕ, ਕਿ ਕੜੀ 'ਚ ਮੈਂ ਥੋੜ੍ਹਾ ਜਿਹਾ ਸਾਬਤ ਧਨੀਆ ਸਿੱਟਿਆ, ਉਦੋਂ ਦੂਸਰਾ ਪੀਸਿਆ ਹੋਇਆ ਸਿੱਟਿਆ ਅਤੇ ਵੀ ਸਿੱਟਿਆ, ਅਤੇ ਹੁਣ ਅਸੀਂ ਇੱਧਰ ਮੈਂ ਬੋਲ ਇੱਕ ਲੈ ਲਿਆ, ਇਹ 'ਚ ਮੈਂ ਇੱਕ ਬੇਸਣ ਛਾਣਿਆ ਸੀ, ਬੇਸਣ ਮੇਰਾ ਸਾਈਡ 'ਤੇ ਪਰਾਤ 'ਚ ਪਿਆ,
ਆਲੂ ਔਰ ਪਿਆਜ਼ ਕੱਟੇ ਗਏ, ਅਸੀਂ ਪਾਲਕ ਸਕਦੇ ਹਾਂ, ਪਾਲਕ ਹੋਈ ਹੋਈ ਸੀ ਫਰੀਜ਼, ਇਸ ਕਰਕੇ ਫਿਰ ਇਸ ਤਰ੍ਹਾਂ ਜਦੋਂ ਮਿਕਸ ਕਰਾਂਗੇ ਤਾਂ ਠੀਕ ਹੋ ਜਾਣਗੇ ਆਲੂ ਮਿਕਸ ਹੋ ਜਾਵੇ। ਦੇਖੋ ਜੀ ਕੜੀ ਥੋੜ੍ਹੀ ਸਖਤ ਹੋ ਗਈ ਆ, ਇਹਦੇ ਵਿੱਚ ਹੋਰ ਪਾਣੀ ਥੋੜ੍ਹਾ ਜਿਹਾ ਪਾ ਦਿੰਦੀ ਹਾਂ, ਐਡ ਕਰ ਦਿੰਦੀ ਹਾਂ ਕਿ ਅੱਛੀ ਤਰ੍ਹਾਂ ਜਿਹੜਾ ਬੇਸਣ ਆ ਪੱਕ ਜਾਵੇ। ਅਤੇ ਇਸ ਕਰਕੇ ਮੈਂ ਪਕੌੜਿਆਂ ਸਮਾਨ ਛੋੜ ਕੇ ਕੜੀ ਵੱਲ ਹੋ ਗਈ, ਤਾਂ ਮੈਂ ਕਿਹਾ ਕੜੀ ਥੱਲੇ ਨਾ ਲੱਗ ਜਾਵੇ, ਤਾਂ ਜਿੰਨੀ ਪੱਕ ਜਾਵੇ ਉੰਨੀ ਬਿਹਤਰ ਹੁੰਦੀ ਆ ਕਿ ਬੇਸਣ ਜਿਹੜਾ ਕੱਚਾ ਨਹੀਂ ਰਹਿੰਦਾ ਆਪਣੇ। ਇੱਕ ਦਫ਼ਾ ਮੈਂ ਰੱਖ ਦਿੱਤੀ ਇਸ ਤਰ੍ਹਾਂ ਹੀ, ਤਾਂ ਬਿਲਕੁਲ ਦੋ ਤਿੰਨ ਉਬਾਲੇ ਆਏ ਆ ਅਤੇ ਸਖਤ ਹੋ ਗਈ, ਅਤੇ ਹੁਣ ਇਹਦੇ ਵਿੱਚ ਪਾਣੀ ਹੋਰ ਐਡ ਕਰ ਦਿੱਤਾ ਵਾ, ਅਤੇ ਹੁਣ ਅੱਛੀ ਤਰ੍ਹਾਂ ਪੱਕਣ ਦਿੰਦੀ ਹਾਂ ਠੀਕ ਹੈ, ਪਕੌੜਾ ਸਮਾਨ ਤਿਆਰ ਕਰ ਲੈਂਦੇ। ਦੇਖੋ ਜੀ ਮੈਂ ਉਹ ਮਿਕਸ ਕਰ ਦਿੱਤਾ, ਇਹ ਹੈਗੀ ਆ ਮੇਥੀ, ਸੁੱਕੀ ਮੇਥੀ ਹੈ ਸੁਕਾਈ ਹੋਈ, ਇਹ ਸਾਨੂੰ ਭਾਬੀ ਸ਼ਾਜ਼ੀਆ ਨੇ, ਮੇਰੀ ਭਾਬੀ ਸ਼ਾਜ਼ੀਆ ਫਾਦੀ ਬੇਗਮ ਉਹਨੇ ਸਾਨੂੰ ਭੇਜੀ ਆ ਸੁਕਾ ਕੇ, ਜਦੋਂ ਘਰ ਮਸ਼ਾਲਾ ਲੱਗੀ ਹੋਈ ਸੀ ਅਤੇ ਫਿਰ ਮੌਸਮ ਦੇ ਦੌਰਾਨ ਜਦੋਂ ਕਿ ਛੋਟੇ ਥੋੜ੍ਹੇ ਥੋੜ੍ਹੇ ਫੁੱਲਾਂ 'ਤੇ ਆ ਜਾਂਦੀ ਆ, ਅਤੇ ਉਸ ਵਕਤ ਇਹਨੂੰ ਸੁਕਾ ਕੇ ਰੱਖ ਲਓ ਅਤੇ ਫਿਰ ਬਹੁਤ ਸੋਹਣੀ ਖੁਸ਼ਬੂ ਹੁੰਦੀ ਆ, ਬਾਜ਼ਾਰ ਨਾਲੋਂ ਘਰ ਦੀ ਮਿੱਠੀ ਜ਼ਿਆਦਾ ਪਿਆਰੀ ਹੁੰਦੀ ਆ। ਤਾਂ ਹੁਣ ਇਹਦੇ ਵਿੱਚ ਬੇਸਣ ਐਡ ਕਰ ਲਈ, ਇਹਦੇ ਵਿੱਚ ਮਸਾਲੇ ਪਾ ਦਿੰਦੇ ਹਾਂ, ਮਿਕਸ ਕਰਕੇ ਦੇਖੋ ਜੀ ਮਸ਼ਾਲਾ ਪਕੌੜਿਆਂ ਸਮਾਨ ਤਿਆਰ ਕਰ ਲਿਆ, ਇੰਨਾ ਕੁ ਬੇਸਣ ਬਚ ਗਿਆ, ਇਹਦੇ ਵਿੱਚ ਡੱਬੇ 'ਚ ਹੋਰ ਬੇਸਣ ਪਿਆ ਇੱਕ ਵਾਰੀ ਨਾ ਸਾਰਾ ਛਾਣ ਕੇ ਫਿਰ ਮੈਂ ਡੱਬੇ 'ਚ ਪਾਉਂਦੀ ਹਾਂ, ਅਤੇ ਇਹ ਪੋਟਾ ਕੱਢੀ ਛੋਟੀ, ਅਤੇ ਇਹਦੇ ਵਿੱਚ ਮੈਂ ਪਾਣੀ ਨਹੀਂ ਐਡ ਕੀਤਾ, ਸਿਰਫ ਜਿਸ ਤਰ੍ਹਾਂ ਕਿ ਸਮਾਨ ਦੇਖਿਆ ਤੁਸੀਂ ਦਿਖਾ ਲਿਆ ਗਿਆ, ਮੈਂ ਉਸ ਤਰ੍ਹਾਂ ਮਿਰਚ ਨਮਕ ਮਿਰਚ ਪਾ ਕੇ ਬੇਸਣ ਪਾ ਕੇ ਅਤੇ ਮਿਕਸ ਕੀਤਾ ਵਾ, ਪਾਣੀ ਇਸ ਕਰਕੇ ਐਡ ਨਹੀਂ ਕੀਤਾ ਕਿ ਇਹਦੇ ਵਿੱਚ ਨਮਕ ਪਾਇਆ ਵਾ, ਅਤੇ ਫਿਰ ਜ਼ਾਹਰ ਕੜੀ ਪਕਾਉਂਦਿਆਂ ਤੱਕ ਤਾਂ ਨਹੀਂ ਮੈਂ ਪਕੌੜੇ ਬਣਾਉਂਗੀ, ਅਤੇ ਮਸਾਲਾ ਬਣਾ ਕੇ ਰੱਖਿਆ ਅਤੇ ਉਂਝ ਕਰ ਵੈਸੇ ਵੀ ਆਪਣਾ ਪਾਣੀ ਛੋੜ ਦੇਗਾ, ਜੇ ਨਾ ਛੋੜਿਆ ਤਾਂ ਫਿਰ ਥੋੜ੍ਹਾ ਜਿਹਾ ਪਾਣੀ ਪਾ ਕੇ ਕਰ ਲੈਂਦੇ, ਇਹਨੂੰ ਸੈਟ ਕਰ ਲੈਂਦੇ ਹਾਂ, ਕੜੀ ਦੇਖ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਫਿਰ ਜਿਹੜਾ ਬੇਸਣ ਦੇ ਡੱਬੇ 'ਚ ਪਿਆ ਉਹ ਵੀ ਨਿਕਾਲ ਕੇ ਸਾਰਾ ਛਾਣ ਕੇ ਅਤੇ ਫਿਰ ਮੈਂ ਰੱਖੂੰਗੀ। ਹਜੇ ਆਇਆ ਨਹੀਂ ਉਬਾਲੇ ਤਾਂ ਨਹੀਂ ਆਈ ਕਿਉਂਕਿ ਮੈਂ ਪਾਣੀ ਹੋਰ ਪਾਇਆ ਸੀ, ਇਹਦੇ ਵਿੱਚ ਕੜਛੀ ਲਾਉਣਾ ਜ਼ਰੂਰੀ ਆ ਕਿ ਬਹੁਤ ਜਲਦੀ ਹੈ ਨੀਚੇ ਲੱਗ ਜਾਂਦੀ ਆ, ਅਤੇ ਇੱਥੇ ਖੜੀ ਖੜੀ ਕੜੀ ਨੂੰ ਵੀ ਦੇਖ ਜਾਊਂਗੀ ਅਤੇ ਬੇਸਣ ਵੀ ਛਾਣ ਕੇ ਰੱਖ। ਦੇਖੋ ਜੀ ਮਾਸ਼ਾਅੱਲਾ ਕੜੀ ਸਾਡੀ ਬਿਲਕੁਲ ਤਿਆਰ ਹੋ ਗਈ ਆ, ਇਹ ਥੋੜ੍ਹਾ ਚੁੱਲ੍ਹਾ ਬੰਦ ਕਰ ਦਿੰਦੇ ਹਾਂ ਅਤੇ ਹੁਣ ਅਸੀਂ ਜਿਹੜੇ ਪਕੌੜੇ ਆ ਉਹ ਕੱਢ ਲੈਂਦੇ ਹਾਂ, ਕਿਵੇਂ ਜੀ ਪਕੌੜੇ ਵੀ ਪੈਣੇ ਆ ਅਤੇ ਫਿਰ ਥੋੜ੍ਹੀ ਜ਼ਿਆਦਾ ਸਖਤ ਹੋ ਜਾਂਦੀ ਅਤੇ ਉਹ ਕਰ ਲੈਂਦੇ ਹਾਂ, ਫਿਰ ਮੈਂ ਕੜਾਹੀ ਵਗੈਰਾ ਨਿਕਾਲ ਲਵਾਂ ਨੀਚੇ ਤੋਂ,
ਦੇਖੋ ਜੀ ਕੜਾਹੀ ਉੱਪਰ ਰੱਖ ਦਿੱਤੀ ਆ ਅਤੇ ਇਹਦਾ ਤੇਲ ਗਰਮ ਹੁੰਦਾ ਤਿਆਰ ਕਰਨਾ। ਦੇਖੋ ਜੀ ਤੇਲ ਮਸਾਲਾ ਗਰਮ ਹੋ ਗਿਆ ਘੇ ਹੈਲ ਅਤੇ ਛੋਟੇ ਛੋਟੇ ਕਰਕੇ ਨਿਕਾਲ ਕੇ ਜਦੋਂ ਤਿਆਰ ਹੋ ਜਾਵੇ ਅਤੇ ਫਿਰ ਮੈਂ ਦਿਖਾ ਲੂੰਗੀ। ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਹੈ ਇਸ ਕਰਕੇ। ਦੇਖੋ ਜੀ ਮਸਾਲਾ ਪੂਰਾ ਪੂਰਨਾ ਪਾ ਕੇ ਅਤੇ ਬਣ ਚੱਲਾ ਮਸਾਲਾ ਗਿਆ। ਇਹਦੇ ਵਿੱਚ ਬਿਲਕੁਲ ਮੈਂ ਪਾਣੀ ਐਡ ਨਹੀਂ ਕੀਤਾ ਕਿ ਜਿਹੜਾ ਮਸਾਲਾ ਸੀ ਉਹਦੇ ਵਿੱਚ ਹੀ ਚੀਜ਼ਾਂ ਆਪਣੇ ਨਮਕ ਪਾਇਆ ਹੋਇਆ ਸੀ ਉਹਦੀ ਵਜ੍ਹਾ ਨਾਲ ਖੁਦ ਹੀ ਪਾਣੀ ਕਿਹਨੇ ਛੋੜਿਆ ਅਤੇ ਇੰਨਾ ਕਿ ਨਾਰਮਲ ਜਿਹਾ ਹੋ ਗਿਆ ਜਿਸ ਤਰ੍ਹਾਂ ਪਕੌੜੇ ਨਿਕਾਲ ਲਏ। ਸਾਡੀ ਬਿਲਕੁਲ ਤਿਆਰ ਹੋ ਗਈ ਹੈ ਅਤੇ ਪਕੌੜੇ ਵੀ ਵਿੱਚ ਮੈਂ ਐਡ ਕਰ ਦਿੱਤੇ ਆ ਅਤੇ ਪਹਿਲੇ ਵੀ ਤੜਕਾ ਲਾਇਆ ਸੀ ਅਤੇ ਹੁਣ ਉੱਪਰ ਮੈਂ ਹਰੀ ਮਿਰਚਾਂ ਦਾ ਅਤੇ ਲਾਲ ਮਿਰਚਾਂ ਛੋਟੀਆਂ ਉੱਧਰ ਵਾ ਉਹ ਲਿਆ ਕੇ ਆਉਂਦੇ ਅਤੇ ਉਹਨਾਂ ਦੇ ਉਹ ਪਾਉਂਦੇ ਲਾਲ ਮਿਰਚਾਂ ਤੜਕਣ ਵਾਸਤੇ ਰੱਖ ਦਿੱਤੀਆਂ ਵਾ। ਇਹ ਵੀ ਥੋੜ੍ਹੀਆਂ ਤਲੀਆਂ ਜਾਂਦੀਆਂ ਅਤੇ ਇਹਦਾ ਉੱਪਰ ਤੜਕਾ ਲਾ ਦੇਵਾਂਗੇ ਅਤੇ ਕੜੀ ਸਾਡੀ ਮੁਕੰਮਲ ਤਿਆਰ ਹੋ ਗਈ।